ਨੱਬਾ ਦੇ ਵਿੱਚ ਕਾਲੀ ਦਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਹਰਿਆਣਾ ਤੇ ਕੇਂਦਰ ਸਰਕਾਰ ਦੇ ਮਾੜੇ ਫੈਸਲਿਆਂ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਇਸ ਦੌਰਾਨ ਉਹਨਾਂ ਕਹਿ ਕੇ ਸਰਕਾਰਾਂ ਦੇ ਵੱਲੋਂ ਦੇਸ਼ ਦੇ ਅੰਦਾਜ਼ਾ ਕਿਸਾਨਾਂ ਤੇ ਅਤਿਆਚਾਰ ਕੀਤੇ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹਨ ਨੱਬਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਡੀ ਨਿਊ ਚੈਨਲ ਤੇ ਬਾਏ ਵਿਸ਼ੇਸ਼ ਤੌਰ ਤੇ ਇਸ ਕਰਕੇ ਆਏ ਕਿ ਅਸੀਂ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਤੇ ਮੀਡੀਆ ਰਾਹੀਂ ਚਰਚਾ ਕਰੀਏ ਜਿਹੜੀ ਚਰਚਾ ਨੂੰ ਲੋਕ ਸਾਡੇ ਭਰਾ ਜਿੰਨੇ ਵੀ ਇਹ ਚੈਨਲ ਨੂੰ ਸੁਣਦੇ ਨੇ ਉਹ ਧਿਆਨ ਨਾਲ ਸੁਣਨ ਵੀ ਅੱਜ ਕਿਸਾਨਾਂ ਤੇ ਮਜ਼ਦੂਰਾਂ ਤੇ ਜਿਹੜੀਆਂ ਸਰਕਾਰਾਂ ਨੂੰ ਅਸੀਂ ਵੱਡੇ ਪੱਧਰ ਤੇ ਵੋਟਾਂ ਪਾ ਪਾ ਕੇ ਜਿਤਾਉਨੇ ਆ ਉਹ ਸਰਕਾਰਾਂ ਨੂੰ ਅੱਜ ਬਗਾਨਾ ਸਮਝ ਕੇ ਕਿਸਾਨ ਨੂੰ ਔਰ ਮਜ਼ਦੂਰ ਨੂੰ ਉਹਨਾਂ ਤੇ ਕਿਵੇਂ ਅਤਿਆਚਾਰ ਹੋ ਰਿਹਾ ਹੈ ਹਿੰਦੁਸਤਾਨ ਇੱਕ ਗਲਦਸਤੇ ਦੀ ਤਰ੍ਹਾਂ ਉਹ ਗਲਦਸਤੇ ਦੇ ਵਿੱਚ ਉੱਗੇ ਹੋਏ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਨੂੰ ਉਹਨਾਂ ਨੂੰ ਨਖੇੜ ਕੇ ਬਖਰੇ ਕਰਕੇ ਇੱਕ ਫੁੱਲ ਨੂੰ ਚਮਕਾਉਣ ਦੇ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਨਾਲ ਲੱਗਦਾ ਸਾਡਾ ਛੋਟਾ ਭਰਾ ਹਰਿਆਣਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਬਣਵਾ ਕੇ ਸਾਡੇ ਨਾਲ ਇਹੋ ਜਿਹਾ ਟਕਰਾਅ ਕਰਾ ਰਿਹਾ ਹੈ ਕਿ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅੰਨਦਾਤਾ ਆਪਣੇ ਹੱਕਾਂ ਲਈ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਿਰਫ ਦਿੱਲੀ ਚ ਆਪਣੀ ਬਾਰਤਾ ਲਾਪ ਪਿਛਲੇ 2-3 ਸਾਲ ਤੋਂ ਪਹਿਲਾਂ ਜਦੋਂ ਕਿਸਾਨ ਮੋਰਚਾ ਮੋਦੀ ਦੇ ਦਿੱਲੀ ਹਿੱਕ ਤੇ ਬੈਠਿਆ ਜੀ ਸਾਕੇ ਉਹ ਜਦੋਂ ਇਹਨਾਂ ਨੇ ਉਦੋਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਉਹਨਾਂ ਨੂੰ ਦੁਬਾਰਾ ਸਾਡੀਆਂ ਹੱਕੀ ਮੰਗਾ ਮਨਵਾਉਣ ਦੇ ਲਈ ਚੱਲੇ ਸਨ ਪਰ ਇਹਨਾਂ ਨੂੰ ਨਹੀਂ ਸੀ ਪਤਾ ਵੀ ਕਿ ਮੰਗਾ ਮਨਾਉਣ ਗਿਆ ਦੇ ਘਰਾਂ ਨੂੰ ਲਾਸਾਂ ਆਉਣਗੀਆਂ ਕੱਲ ਸਵੇਰ ਕਰਨ ਨੌਜਵਾਨ ਬੱਚੇ ਦਾ 23 ਸਾਲ ਤੇ ਦਾ ਸਿੱਧੀ ਗੋਲੀ ਮਾਰ ਕੇ ਖਨੌਰੀ ਬਾਰਡਰ ਤੇ ਰੱਬ ਨੂੰ ਪਿਆਰਾ ਹੋਣਾ ਦੋ ਪੈਣਾ ਦਾ ਭਰਾ ਆਮ ਕਿਸਾਨ ਇਹੋ ਜਿਹਾ ਅਜਾੜਾ ਆਉਣਾ ਤੇ ਤਿੰਨ ਬਜ਼ੁਰਗ ਕਿਸਾਨਾਂ ਦਾ ਰੱਬ ਨੂੰ ਪਿਆਰ ਹੋ ਕੇ ਘਰਾਂ ਨੂੰ ਲਾਸਾਂ ਆਉਣੀਆਂ ਇਹ ਦੱਸਾਉਂਦੀਆਂ ਨੇ ਕਿ ਅੱਜ ਸਾਡਾ ਪੰਜਾਬ ਲਬਾਰਸ ਲੱਗਦਾ ਹੈ ਸਾਡਾ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਨਹੀਂ ਕਹਿੰਦੇ ਵੀ ਉੱਥੇ ਜਾ ਕੇ ਅਸੀਂ ਜੰਤਰ ਮੰਤਰ ਤੇ ਸਾਰੀ ਕੈਬਨਿਟ ਲੈ ਕੇ ਬੈਠੀਏ 92 ਐਮਐਲ ਨੇ ਨਾਲ ਇੱਕ ਬੈਠੀ ਹੈ ਸੋਨੀ ਸਾਹਿਬ ਰੋਲਾ ਕਿੱਥੇ ਆ ਜਾਂਦਾ ਵੀ ਸਾਥ ਇਹ ਜਿਵੇਂ ਕਹਿੰਦੇ ਵੀ ਅਸੀਂ ਤੇ ਦਿੱਲੀ ਨੂੰ ਜਾਣਾ ਵੀ ਸਾਨੂੰ ਰਾਹ ਦਿੱਤਾ ਜਾ ਵੀ ਅਸੀਂ ਆਪਣੀਆਂ ਮੰਗਾਂ ਲਈ ਹੈ ਜਵਾਨਾ ਹੈ ਜਾਂ ਹਰ ਬੰਦਾ ਆਪਣੀ ਮੰਗ ਰੱਖ ਸਕਦਾ ਫਿਰ ਇਹਨੂੰ ਜਾਣ ਕਿਉਂ ਨਹੀਂ ਦਿੱਤਾ ਯਾਰ ਕਾਰਨ ਕੀ ਵੱਡੇ ਕਾਰਨ ਕੀ ਨੇ ਮੈਂ ਕਹਿ ਰਿਹਾ ਵੀ ਪਹਿਲਾਂ ਹੱਥ ਨਾਲ ਮੰਗਣ ਦੀ ਕੋਈ ਤੁਕ ਕੀ ਹੈ ਦਿੱਲੀ ਨੂੰ ਕਿੱਡੀ ਰੋਡ ਜਾ ਰਹੀ ਹੈ ਆਪਾਂ ਸਾਰੇ ਲੰਘਦੇ ਆ ਕਿਸਾਨਾਂ ਲਈ ਇਹ ਸ਼ਰਤ ਕਿਉਂ ਕਿਉਂ ਵੱਡੇ ਵੱਡੇ ਬੈਰੀਗੇਡ ਲਾ ਕੇ ਵੱਡੀਆਂ ਵੱਡੀਆਂ ਤਾਰਾਂ ਲਾ ਕੇ ਕਿਲ ਗੱਟ ਕੇ ਪਾਕਿਸਤਾਨ ਨੂੰ ਲਾਜਿਆ ਨਾ ਤੁਸੀਂ ਇਹਦਾ ਮਤਲਬ ਤੁਸੀਂ ਪਾਕਿਸਤਾਨ ਦਾ ਮਿਲੀ ਭੁਗਤ ਕਰਕੇ ਸਾਨੂੰ ਪੰਜਾਬ ਵਾਲਿਆਂ ਨੂੰ ਮਾਰਨਾ ਚਾਹੁੰਦੇ ਹੋ ਇਹ ਇਹ ਸਾਜ਼ਿਸ਼ੇ ਕਹਾਂਗੇ ਕੀ ਕਾਰਨ ਹੈ ਸਾਨੂੰ ਹੱਕ ਨਹੀਂ ਸਾਡੇ ਇੱਥੋਂ ਮੈਂਬਰ ਪਾਰਲੀਮੈਂਟ ਨਹੀਂ ਜਿੱਤ ਕੇ ਜਾਂਦੇ ਕਾਹਾਂ ਵਾਤੇ ਫੇਰ ਨਹੀਂ ਜਿੱਤਣਗੇ ਇਹ ਬੜਾ ਦਖਾਂਤ ਹੈ ਕਿ ਸਾਡੇ ਤੇ ਜਿਹੜਾ ਅਤਿਆਚਾਰ ਹੁੰਦਾ ਪਰ ਬੇਰ ਮੈਂ ਕਹਿ ਰਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਸੀਂ ਜਿਹੜਾ ਕਹਿੰਦਾ ਵੀ ਅਸੀਂ ਐਂਬੂਲੈਂਸਾਂ ਲਾ ਦਿਆਂ ਇਹਦਾ ਸੰਕੇਤ ਹੈ ਵੀ ਤੁਸੀਂ ਇਧਰੋਂ ਫਟਟੜ ਕਰ ਕਰ ਕੁੱਟ ਕੁੱਟ ਭੇਜੋ ਅਸੀਂ ਸੰਭਾਲ ਲਾਂਗੇ ਨਹੀਂ ਆ ਆ ਮੁੱਖ ਮੰਤਰੀ ਤੁਸੀਂ ਕਹਿ ਰਹੇ ਹੋ ਐਂਬੂਲੈਂਸਾਂ ਲਾਆਂ ਐਂਬੂਲੈਂਸਾਂ ਦਾ ਲੱਗੀਆਂ ਹੋਈਆਂ ਨੇ ਉਥੇ ਅਸੀਂ ਕੱਲ ਦੇਖਿਆ ਮੈਂ ਕਹਿ ਰਿਹਾ ਵੀ ਐਂਬੂਲੈਂਸਾਂ ਸਾਡਾ ਹੱਲ ਨਹੀਂ ਐਂਬੂਲੈਂਸਾਂ ਸਗਾ ਸਕੇ ਤਾਂ ਦਿੰਦੀਆਂ ਨੇ ਇਹਦਾ ਸਗਾ ਇਹ ਪੰਜਾਬ ਸਰਕਾਰ ਦੇ ਬੂਤੇ ਚਪੇੜ ਹੈ ਉਧਰੋਂ ਕੁੱਟੋ ਇਧਰੋਂ ਚੱਕ ਕੇ ਲੈ ਜਾਓ ਉਧਰੋਂ ਕੁੱਟੋ ਆਰ ਸਾਡੇ 4 ਨੌਜਵਾਨ ਖਨਾਰੂਰੀ ਦੇ ਜੋ ਲੋਕਾਂ ਚ ਚਰਚਾ ਹੈ ਇਹ ਲੱਤਾਂ ਤੋੜ ਕੇ ਬੋਰੀਆਂ ਚ ਪਾ ਪਾ ਕੇ ਹਰਿਆਣੇ ਵਾਲੇ ਪਤਾ ਨਹੀਂ ਕਿੱਥੇ ਲੈ ਗਏ ਸਾਨੂੰ ਨਹੀਂ ਪਤਾ ਲੱਗਦਾ ਇਹ ਹਵਾ ਹਵਾ ਗੱਲ ਉੱਡ ਰਹੀ ਹੈ ਇਹ ਸਾਰੇ ਚਰਚਾ ਚਾ ਜੀ ਇਹੀ ਸੰਭੂਗੇ ਅਫਵਾਹ ਹੈ ਕੀ ਹੈ ਕੀ ਨਹੀਂ ਇਹ ਸਰਕਾਰ ਦੋਨੇ ਸਰਕਾਰਾਂ ਕਲੀਅਰ ਕਰਨ ਇਹ ਕਲੀਅਰ ਨਹੀਂ ਕਰ ਰਹੀਆਂ ਪਰ ਜਿਹੜੀਆਂ ਟੰਗਾ ਬਾਹ ਤੋੜ ਕੇ ਸਾਨੂੰ ਖੇਤਾਂ ਚ ਸਾੜਿਆਂ ਚ ਭਜਾ ਭਜਾ ਕੇ ਪੰਜਾਬ ਦੇ ਖੇਤਾਂ ਚ ਕੁੱਟਿਆ ਜਾ ਰਿਹਾ ਹੈ ਉਹਦੀ ਜ਼ਿੰਮੇਵਾਰਤਾ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਾਗੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ ਜੇ ਡੀਜੀਪੀ ਨੂੰ ਇਹ ਕਹਿ ਸਕਦੇ ਨੇ ਨਾਕੇ ਲਾ ਦਿਓ ਜੀ ਕਿਸਾਨਾਂ ਨੂੰ ਜਾਣੋ ਹਟਾ ਦਿਓ ਬੜੇ ਸੁਣਨ ਚ ਆਇਆ ਇੱਕ ਚਿੱਠੀ ਨਿਕਲੀ ਸੀ ਉਹ ਤੇ ਕਹਿੰਦਾ ਇੱਕ ਕਿਲੋਮੀਟਰ ਪਰਾਂ ਰਖੋ ਇਹ ਵੀ ਸੁਣਨ ਚ ਆਇਆ ਜੀ ਪਰ ਇਹ ਥੋੜੋ ਕਿਹਾ ਵੀ ਰਾਜਪੁਰੇ ਟਿਪਰ ਲਾ ਦਿਓ ਮਿੱਟੀ ਦੇ ਸਾਡੇ ਟਿਪਰੇ ਫੜ ਕੇ ਵੀ ਜਾਣੋ ਹਟਾ ਦਿਓ ਸੰਭੂ ਨੂੰ ਆ ਰਖਨੌਰੀ ਨੂੰ ਸਭ ਉਹਥੇ ਪਾਤੜਾ ਵਾਲਿਆਂ ਨੇ ਬੜੇ ਬੜੇ ਟਿਪਰ ਲਾ ਕੇ ਸੰਕਰ ਕਰਿਆ ਪਰ ਰਸਤਾ ਤਾਂ ਰੋਕਿਆ ਨਹੀਂ ਹੋਇਆ ਜੀ ਮੈਂ ਕਹਿੰਦਾ ਨਹੀਂ ਰੋਕਿਆ ਪਰ ਟਿਪਰ ਕਿਹਨੂੰ ਡਰਾ ਰਹੇ ਨੇ ਬੈਰੀਕੇਟ ਕਿਹਦੇ ਨੇ ਜਿਆਦਾ ਪੰਜਾਬ ਪੁਲਿਸ ਆ ਜਾ ਕੇ ਉੱਥੇ ਖੜੇ ਸਾਡੇ ਕਿਸਾਨਾਂ ਨਾਲ ਇਹ ਤਾਂ ਅਸੀਂ ਕਹੀਏ ਸਾਡੀ ਹੈ ਹੁਣ ਅਸੀਂ ਕੀ ਕਹੀਏ ਵੀ ਸਾਡਾ ਕੌਣ ਐ ਅਸੀਂ ਦੇ ਹੱਥੇ ਸਾਡੇ ਕੋਲ ਸਿਰਫ ਸਾਡੇ ਕਿਸਾਨ ਦਾ ਵਹੀਕਲ ਐ ਜਿਹੜਾ ਜਿਹੜਾ ਅੱਗੇ ਸਾਡਾ ਟਰੈਕਟਰ ਸਾਡਾ ਆਪਣਾ ਸਾਧਨ ਹੈ ਘਰ ਦਾ ਅਸੀਂ ਉਹ ਲੈ ਕੇ ਚੱਲਿਆਂ ਨਾਲ ਟਰਾਲੀਆਂ 'ਚ ਕੋਈ ਹਥਿਆਰ ਨਹੀਂ ਕੋਈ ਨਹੀਂ ਹਥਿਆਰ ਕਿੱਥੋਂ ਨੇ ਰਸਣ ਐ ਜਿਹੜਾ 6-6 ਪਿੰਡੇ ਦਾ ਸਾਨੂੰ ਪਤਾ ਐ ਵੀ ਇੰਨੀਆਂ ਬੋਲੀਆਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਸਾਨੂੰ ਆਪ ਪਕਾ ਕੇ ਖਾਣੀਆਂ ਪੈਣੀਆਂ ਨੇ ਘਰੇ ਤਾਂ ਸਾਡੀਆਂ ਬੇਬੇਆਂ ਬਣਾ ਕੇ ਦਿੰਦੇ ਨੇ ਉੱਥੇ ਤਾਂ ਕਿਸਾਨ ਆਪ ਬਣਾ ਆਪਣਾ ਖਾਂਦੇ ਨੇ ਤੁਸੀਂ ਇੱਕ ਹੋਰ ਹਰਾਨ ਹੋਵੋਗੇ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਜਿਹੜੀ CRP ਹਰਿਆਣਾ ਪੁਲਿਸ ਸਾਡੇ ਤੇ ਗੋਲੀਆਂ ਬਾਰਾ ਰਹੀ ਹੈ ਉਹ ਲੰਗਰ ਕਿਦਾ ਸਕਦੀ ਹੈ ਸਾਡਾ ਜਿਹੜਾ ਉੱਥੇ ਲੰਗਰ ਵੱਧ ਰਿਹਾ ਸਾਂਝਾ ਉਹ ਬਾਬੇ ਲਾਲਕ ਦਾ ਲੰਗਰ ਹੈ ਇੰਨੀ ਸ਼ਰਮ ਕਰ ਲੋ ਯਾਰਾ ਵੀ ਅਸੀਂ ਕਦੇ ਬਗਾਵਤ ਨਹੀਂ ਕੀਤੀ ਅਸੀਂ ਤੁਹਾਡੇ ਸਾਡੇ ਨਹੀਂ ਕਰਿਆ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਹੁਣ ਭਗਤ ਰਬਦਾਸ ਜੀ ਦਾ ਦਿਹਾੜਾ ਆ ਰਿਹਾ ਹੈ ਦੇਖੋ ਕਿਵੇਂ ਲੋਕ ਭੰਗੜੇ ਪਾ ਰਹੇ ਨੇ ਚਾਹ ਨਾਲ ਮਨਾਉਂਦੇ ਨੇ ਪਹਿਲਾ ਪਹਿਲਾ ਜੈਂਤੀਆਂ ਆਈਆਂ ਇੱਥੇ ਦਿਹਾੜੇ ਹੁੰਦੇ ਨੇ ਸਾਡੇ ਹਿੰਦੂ ਭਰਾਵਾਂ ਦੇ ਮੁਸਲਮਾਨ ਭਰਾਵਾਂ ਦੇ ਅਸੀਂ ਚਾਹ ਨਾਲ ਮਨਾਉਂਦੇ ਆ ਪਰ ਸਾਡੀ ਸੈਂਟਰ ਦੀ ਸਰਕਾਰ ਹਰਿਆਣੇ ਦਾ ਬਲੌਨਰ ਲਾਲ ਖੱਟਰ ਜਿਹਦੇ ਚ ਪਾ ਚੌਧਰੀ ਭਾਜਨ ਲਾਲ ਦੀ ਰੂਹ ਪ੍ਰਵੇਸ਼ ਕਰ ਗਈ ਉਦੋਂ ਖੇਡਾਂ ਸੀ ਪੁਰਾਣੇ ਸਮੇਂ 올림픽 ਦੀਆਂ ਖੇਡਾਂ ਹੋ ਰਹੀਆਂ ਨੇ ਦਿੱਲੀ 'ਚ ਉਦੋਂ ਵੀ ਕਿਸਾਨਾਂ ਨੂੰ ਲਾਹ ਲਾ ਕੇ ਖਾਸ ਕਰ ਸਿੱਖਾਂ ਨੂੰ ਦਿੱਲੀ ਜਾਣੋਂ ਰੋਕਦੇ ਸੀ ਕਿ ਇਹ ਉੱਥੇ ਜਾ ਕੇ ਖੱਲਰ ਨਾ ਪਾਉਣ ਸਾਡੇ ਤੇ ਪਤਾ ਨਹੀਂ ਕਿੱਥੋਂ ਲਿਆਏ ਨੇ ਸਾਡੇ ਤੇ ਸਿੱਧਾ ਹੀ ਠੱਪਾ ਅੱਤਵਾਦੀ ਖਾਲਸਤਾਨੀ ਪਤਾ ਨਹੀਂ ਕੀ ਕੀ ਕਹੀ ਜਾ ਰਹੇ ਨੇ ਸਾਨੂੰ ਇਹ ਕੋਈ ਕਹਿੰਦਾ ਹੀ ਨਹੀਂ ਵੀ ਭਾਈ ਅਸੀਂ ਭੁੱਖਿਆਂ ਨੂੰ ਅਨਾਜ ਖਰਾਉਣ ਆਲੇ ਆ ਸਾਡਾ ਤਾਂ ਇਤਿਹਾਸ ਹੈ ਜੇ ਇੱਥੇ ਕਰੋਨਾ ਆਇਆ ਕਰੋਨੇ ਚ ਅਸੀਂ ਕਿੰਨਾ ਕੁਛ ਕਰਿਆ ਜੀ ਆਏ ਤਲੀ ਤੇ ਧਰ ਕੇ ਲੜੇ ਪਰ ਸਾਨੂੰ ਇਨਸਾਫ ਆ ਮਿਲ ਰਿਹਾ ਵੀ ਜੇ ਤੁਸੀਂ ਲੜਨ ਵਾਲੇ ਸਾਡੇ ਲੋਕਾਂ ਦੀ ਰੱਖਿਆ ਕਰਨ ਵਾਲੇ ਫੌਜ ਨਾ ਹੋਵੇ ਪੁਲਿਸ ਨਾ ਹੋਵੇ ਵੱਧ ਰੱਖੀ ਅੱਜ ਤੱਕ ਕਿਸਾਨ ਕਰ ਰਹੇ ਜਿਹੜੀ ਤੁਸੀਂ ਗੱਲ ਕੀਤੀ ਹੈ ਖਾਲਸਤਾਨੀ ਤੁਹਾਨੂੰ ਕਹਿੰਦੇ ਨੇ ਅੱਤਵਾਦੀ ਤੁਹਾਨੂੰ ਕਹਿੰਦੇ ਨੇ ਪਤਾ ਨਹੀਂ ਕੀ ਕੀ ਅੜੜ ਨਾਮ ਲੈ ਕੇ ਉਹ ਬੁਲਾਉਂਦੇ ਨੇ ਪਰ ਉੱਥੇ ਇਹ ਹੈ ਵੀ ਤੁਹਾਨੂੰ ਗੁੱਸਾ ਲੱਗਦਾ ਇਹ ਚੀਜ਼ ਤੇ ਨਹੀਂ ਨਹੀਂ ਮੈਂ ਕਹਿ ਰਿਹਾ ਵੀ ਸਾਨੂੰ ਖਾਲਸਤਾਨੀ ਤਾਂ ਤੁਸੀਂ ਤਾਂ ਕਹੋ ਜੇ ਸਾਡੀ ਵੱਖਰੀ ਪਛਾਣ ਨਾ ਹੋਵੇ ਉਹਦਾ ਇੱਕ ਸ਼ਬਦ ਹੈ ਉਹਨੂੰ ਸਾਨੂੰ ਚਾਹੇ ਖਾਲਸਤਾਨੀ ਕਹਿੰਜੋ ਚਾਹੇ ਪਾਕਿਸਤਾਨੀ ਕਹਿੰਜੋ ਜਿਹੜਾ ਖਾਲਸੇ ਦਾ ਸ਼ਬਦ ਹੈ ਖਾਲਸ ਵੀ ਨਿਆਰਾ ਪਰ ਕਲਗੀਧਰ ਦਸ਼ਮੇਸ਼ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਖਰੀ ਕੌਮ ਇੱਕ ਸਜਾਤੀ ਖੰਡੇ ਬਾਟੇ ਦਾ ਅੰਮ੍ਰਿਤਸਖਦੀ ਹੈ ਉਹਦਾ ਬਖਰਾ ਸਿੰਘ ਹੈ ਜਿਵੇਂ ਸਿੱਖਰ ਸਿੰਘ ਚ ਫਰਕ ਹੈ ਸਾਡੇ ਚ ਵੀ ਫਰਕ ਹੈ ਨਾ ਅੱਛਾ ਤੁਹਾਡੇ ਉਹ ਵੀ ਕਲੀਅਰ ਬਿਲਕੁਲ ਜਿਹੜਾ ਖੰਡੇ ਬਾਟੇ ਦਾ ਅੰਬਰਤ ਸਕਦਾ ਪੰਜ ਪਿਆਰਿਆਂ ਤੋਂ ਉਹ ਹੈਗਾ ਸਿੰਘ ਨਹੀਂ ਸਿੱਖ ਸਾਰੇ ਨਹੀਂ ਜਿਹੜਾ ਦਾੜਾ ਰੱਖਦਾ ਪੱਗ ਬੰਨhta ਪਰ ਉਹਨੇ ਅੰਬਰਤ ਨਹੀਂ ਸਕਿਆ ਉਹ ਸਿੰਘ ਨਹੀਂ ਉਹ ਸਿੱਖ ਹੈ ਇਹ ਮੈਂ ਤੁਹਾਨੂੰ ਕਲੀਅਰ ਤਾਂ ਕਰਦਾ ਸਿੰਘ আর ਸਿੱਖ ਚ ਅੰਤਰ ਹੈ ਜਿਵੇਂ ਮੈਂ ਆ ਮੈਂ ਅੰਬਰਦਾਰੀਆ ਸਿੰਘ ਤਾਂ ਮੇਰੇ ਨਾਲ ਪਿੱਛੇ ਵੀ ਲੱਗਦਾ ਮੇਰੇ ਤੋਂ ਬਾਅਦ ਬਿਲਕੁਲ ਇਹ ਫੇ ਤੁਸੀਂ ਸਿੰਘ ਥੋੜਾ ਕਟਾ ਦੋਗੇ ਹੂੰ ਤੁਸੀਂ ਇਹ ਕੱਲੋਂ ਅੰਮ੍ਰਿਤ ਛਕ ਲੋਗੇ ਫੇਰ ਤੁਸੀਂ ਸਿੰਘ ਬਣੋਗੇ ਅੱਜ ਤੁਸੀਂ ਇਹ ਕਹਿ ਸਕਦੇ ਹੋ ਵੀ ਮੈਂ ਸਿੱਖਾਂ ਇਹ ਨਹੀਂ ਕਹੋਗੇ ਹੁਣ ਤਾਂ ਇਹ ਦੇਖੋ ਤੁਸੀਂ ਤੁਸੀਂ ਆਪਣੀ ਗੱਲ ਕਿਉਂ ਕਰਦੇ ਹੋ ਨੌ ਪਾਸ ਸਈਆਂ ਨੇ ਸਿੰਘ ਨਹੀਂ ਲਿਖਿਆ ਵਾ ਹਮ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਤੋਂ ਆਪ ਖੱਡੇ ਬਾਟੇ ਦਾ ਅੰਮ੍ਰਿਤ ਛਕਿਆ ਫੇਰ ਕਿਹਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਹੈ ਜੀ ਉਹਨਾਂ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਸਿੰਘ ਕਾਇਆ ਪਾਸਾ ਨੇ ਫਰੋਂ ਤੁਸੀਂ ਅਪੀਲ ਕੀ ਕਰਦੇ ਹੋ ਮੈਂ ਅਪੀਲ ਇਹ ਕਰਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦਾ ਮੁੱਖ ਮੰਤਰੀ ਇਹ ਬੈ ਕੇ ਆ ਅਤਿਆਚਾਰ ਬੰਦ ਕਰਨ ਜੇ ਫੇਰ ਵੀ ਸਾਡੇ ਪੰਜਾਬ ਨਾਲ ਇਹਨਾਂ ਨੂੰ ਕੋਈ ਗੁੱਸਾ ਹੈ ਫੇਰ ਅਸੀਂ ਕਹਿ ਰਿਹਾ ਵੀ ਦਿੱਲੀ ਇਧਰ ਆ ਨਾਕੇ ਕਰ ਦਵੇ ਪੱਕੇ ਅਰ ਸਾਡਾ ਸਾਨੂੰ ਬਾਗਾ ਖੋਲ ਦਵੇ ਅਸੀਂ ਮੇਰੇ ਇਧਰ ਲੈਣਾ ਰਲ ਜਣੇ ਜਾ ਕੇ ਜੇ ਤੁਸੀਂ ਸਾਨੂੰ ਨਹੀਂ ਸਾਰਾ ਕੁ ਕਰਨ ਦੇ ਬਾਵਜੂਦ ਕੁਰਬਾਨੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਨਹੀਂ ਪ੍ਰਵਾਨ ਕਰਦੇ ਵੇਰਾ ਇਧਰ ਨੂੰ ਕਿਰਪਾ ਕਰ ਦੋ ਸਾਡੇ ਤੇ ਅਸੀਂ ਇੰਦਰ ਲੰਘ ਜਾਂਦੇ ਆ ਪਰ ਜੇ ਉਧਰ ਉਧਰ ਤੋਂ ਪਹਿਲੀ ਕਹਿ ਦਿੰਦੇ ਵੀ ਹਮਲੇ ਹੁੰਦੇ ਨੇ ਜੇ ਹੁੰਦਾ ਉਹ ਹੁੰਦਾ ਉਹ ਫਿਰ ਅਸੀਂ ਕਿਵੇਂ ਕਹਾਂਗੇ ਜੀ ਸਾਡੇ ਤੇ ਤਾਂ ਸਾਡੇ ਵਾਲੇ ਹੀ ਕਰ ਰਹੇ ਨੇ ਅੱਛਾ ਉਹਨਾਂ ਵੀ ਕੋ ਪਾਕਿਸਤਾਨ ਦੀ ਗੋਲੀ ਨਾਲ ਵੀ ਅਸੀਂ ਉਹ ਸ਼ਹੀਦ ਹੋ ਗਏ ਸਾਡੇ ਘਰਾਂ ਨੂੰ ਫੌਜੀ ਇਹਦੇ ਲਸਾ ਹੁੰਦੀਆਂ ਨੇ ਆਹ ਹੋਰ ਹੁਣ ਦਿੱਲੀ ਵਾਲਿਆਂ ਦੀ ਹਰਿਆਣਾ ਵਾਲਿਆਂ ਦੀ ਗੋਲੀ ਨਾਲ ਵੀ ਸਾਡੇ ਘਰਾਂ ਨੂੰ ਲਸਾ ਆ ਰਹੀਆਂ ਨੇ ਫਿਰ ਅਸੀਂ ਕਿਹਨੂੰ ਕਹੀਏ ਮੈਂ ਜਿਹੜਾ ਮੁੰਡਾ ਸ਼ਹੀਦ ਹੋਇਆ ਹੈ ਕੋ ਸਰਕਾਰ ਵੱਲੋਂ ਉਹਨੂੰ ਮੁਆਫੀ ਮੈਂ ਕਹਿੰਦਾ ਵੀ ਉਹਨਾਂ ਦਾ ਪੁੱਤ ਨਹੀਂ ਮੁੜਦਾ ਸਰਕਾਰ ਮੁਆਵਜ਼ਾ ਦਵੇ ਟੱਠੇ ਖੂਚ ਗਰੇ ਪਰ ਜਿਹਦੇ ਘਰੋਂ ਅੱਜ ਦੀਵਾ ਬੁਝ ਗਿਆ ਕੱਲੇ ਪੁੱਤ ਦਾ ਉਹ ਨਹੀਂ ਮੁੜਦਾ ਉਹਦੇ ਲਈ ਸਰਕਾਰਾਂ ਦੀ ਨਲਾਕੀ ਹੈ ਜੇ ਸਹੀ ਇਨਸਾਫ ਹੋਵੇ ਇਥੋਂ ਦੀ ਇਥੋਂ ਦੀ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਸਹੀ ਇਨਸਾਫ ਕਰੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਦੇ ਉਥੋਂ ਦੇ ਡੀਜੀਪੀ ਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਸ ਰਜਿਸਟਰ ਕਰਨਾ ਚਾਹੀਦਾ ਕਤਲ ਦਾ ਜਿਨ੍ਹਾਂ ਨੇ ਅਗਨੇ ਦਾ ਮਾਂ ਦਾ ਪੁੱਤ ਮਾਰਤਾ ਉਹ ਕਹਦੇ ਵੀ ਅਸੀਂ ਥੋੜੀ ਚਲਾਈਆਂ ਨੇ ਉਹਦਾ ਫੌਜ ਨੇ ਉਹਨੇ ਚਲਾਈ ਐ ਤਾਂ ਫਿਰ ਪ੍ਰਕਾਸ਼ ਬਾਦਲ ਵੀ ਕਹਿੰਦੀ ਕਹਿੰਦੇ ਜਿਹੜਾ ਬਰਗਾੜੀ ਮੋਰਚੇ ਤੇ ਜਿਹੜਾ ਗੋਲੀ ਚੱਲੀ ਆ ਅਸੀਂ ਨਹੀਂ ਚਲਾਈ ਫਿਰ ਸਰਕਾਰ ਕਾਦੀ ਬਣਦੀ ਐ ਅੱਜ ਭਗਵੰਤ ਮਾਨ ਦੀ ਸਰਕਾਰ ਐ ਤਾਂ ਹੀ ਉਹਦਾ ਨਾਮ ਲੈ ਰਿਆ ਮੈਂ ਓਕੇ ਵੀ ਚੰਗੇ ਮਾਰੇ ਦਾ ਜ਼ਿੰਮੇਵਾਰ ਐ ਤੂੰ ਜਿੰਨੀ ਦੇਰ ਅੱਜ ਤਾਂ ਹੱਲ ਚੋਣ ਜਾਬਤਾ ਨਹੀਂ ਲੱਗਿਆ ਅੱਜ ਤਾਂ ਦੇਖਦਾ ਪ੍ਰਧਾਨ ਮੰਤਰੀ ਉਹ ਜ਼ਿੰਮੇਵਾਰ ਆ ਅੱਜ ਤਾਂ ਮਨੋਲਾਲ ਖੱਟਰੇ ਜ਼ਿੰਮੇਵਾਰ ਐ ਅੱਜ ਤਾਂ ਉਥੋਂ ਦਾ ਡੀਜੀਪੀ ਜ਼ਿੰਮੇਵਾਰ ਆ ਅੱਜ ਕਿਵੇਂ ਭੱਜਣਗੇ ਇਹ ਤਾਂ ਜੇ ਕੋਰਟ ਸਹੀ ਇਨਸਾਫ ਦੇ ਕੇ ਸਾਨੂੰ ਸਾਨੂੰਨ ਸਾਫ ਦੇ ਦੇ ਸਹੀ ਤਰਾਜੂ ਨਾਲ ਤੋਲ ਦੇਵੇ ਤਾਂ ਇਹਨਾਂ ਚ ਕੋਈ ਨਹੀਂ ਬਚਦਾ ਸਾਰਿਆਂ ਦੇ ਪਰਚਾ ਦਰਜ ਹੁੰਦਾ ਜਿਹੜਾ ਤੁਹਾਡਾ ਸਵਾਲ ਹੈ ਇਹ ਅਹਿਮ ਸਵਾਲ ਹੈ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਹੀਂ ਕਿਸਾਨਾਂ ਦਾ ਮਜ਼ਦੂਰਾ ਦਾ ਅੰਨ ਜਿਹਦੇ ਅੰਦਰ ਵੀ ਜਾਂਦਾ ਹੈ ਠੀਕ ਹੈ ਜੀ ਉਹ ਚ ਸਾਡਾ ਪੱਤਰਕਾਰ ਭਰਾ ਵੀ ਆਉਂਦੇ ਨੇ ਅਲੈਕਟਰ ਮੀਡੀਆ ਵਾਲੇ ਵੀ ਆਉਂਦੇ ਨੇ ਸਰਕਾਰਾਂ ਵੀ ਆਉਂਦੀਆਂ ਨੇ ਜੇ ਉਸ ਇਮਾਨਦਾਰੀ ਨਾਲ ਅੰਦਰ ਦੇਖਣ ਕਿ ਸਾਡੇ ਘਰਾਂ 'ਚ ਵੀ ਕਣਕ ਹੈਗੀ ਸਾਡੇ ਘਰਾਂ 'ਚ ਦਾਲ ਚੌਲ ਸਭ ਜੋ ਕਿਸਾਨ ਦੇ ਖੇਤ 'ਚ ਉਗਦਾ ਉਹ ਹੈਗਾ ਉਹਦੇ ਲਈ ਚਾਹੇ ਕੋਈ ਫੇਸਬੁੱਕ ਤੇ ਚਾਹੇ ਕਿਸੇ ਵੀ ਟੱਗ ਨਾਲ ਜੇ ਕੋਈ ਮੰਦਰ 'ਚ ਗੁਰਦੁਆਰੇ 'ਚ ਮਸਜਿਦ 'ਚ ਹਰ ਧਰਮ 'ਚ ਜੇ ਪੁਜਾਰੀ ਬੈਠਾ ਉਹਦਾ ਵੀ ਅਦੁੱਲਨ ਹੈ ਤਾਂ ਕਿ ਜੇ ਉੱਥੇ ਪੂਜਾ ਵੀ ਹੁੰਦੀ ਹੈ ਪੂਜਾ ਪਾਠ ਹੋਣਾ ਉੱਥੇ ਵੀ ਲੋੜ ਹੈ ਠੀਕ ਹੈ ਜੀ ਇਹਦੇ ਕਰਕੇ ਇਹਦੇ ਚ ਜਿੰਨਾ ਵੀ ਕੋਈ ਮਦਦ ਕਿਸੇ ਢੰਗ ਨਾਲ ਵੀ ਕਰ ਸਕਦਾ ਹੈ ਕੋਈ ਜਿੰਦਾਬਾਦ ਲਿਖ ਕੇ ਕਰ ਸਕਦਾ ਹੈ ਜਿਵੇਂ 4 ਪੈਸਿਆਂ ਨਾਲ ਕਰ ਸਕਦਾ ਫੇਸਬੁਕ ਤੇ ਕਿਸਾਨ ਜਿੰਦਾਬਾਦ ਲਿਖ ਦਿੰਦੇ ਆ ਮੈਂ ਕਹਿ ਰਿਹਾ ਵੀ ਹਰ ਕੋਈ ਇਹਦੇ ਚ ਜਾਤ ਪਾਤ ਨਹੀਂ ਠੀਕ ਹੈ ਕੋਈ ਇੱਥੇ ਕੁਛ ਨਹੀਂ ਬਾਬੇ ਨਾਨਕ ਦੀ ਤਰ੍ਹਾਂ ਇਹ ਖੁੱਲਾ ਸੱਦਾ ਹੈ ਖੁੱਲਾ ਲਗੜਾ ਸਰਬ ਇਹ ਹੁੰਦਾ ਵੀ ਜਿਹੜੇ ਅੱਗੇ ਤੁਰਦੇ ਹੁੰਦੇ ਨੇ ਉਹਨਾਂ ਨੇ ਕੋਈ ਨਾ ਕੋਈ ਤਾਂ ਬੈਨਰ ਲੈ ਕੇ ਤੁਰ ਨਹੀਂ ਹੁੰਦਾ ਬੈਨਰ ਹੈ ਜਿਹੜਾ ਉਹ ਕੱਲਾ ਕਿਸਾਨ ਮਜ਼ਦੂਰ ਦਾ ਬੈਨਰ ਹੈ ਪਰ ਮੈਂ ਫੇਰ ਅਪੀਲ ਕਰਦਾ ਸਾਰੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਜਮੀਰ ਜਾਗਦੀ ਹੈ ਜਿਹੜੇ ਮੰਨਦੇ ਨੇ ਕਿ ਅਸੀਂ ਅੰਨ ਦਾਤੇ ਦੇ ਨਾਲ ਹੀ ਵਿਚਰਨਾ ਹੈ ਅੰਨ ਦਾਤੇ ਦੇ ਨਾਲ ਹੀ ਇਹ ਦੇਸ਼ ਚੱਲਿਆ ਫਿਰਦਾ ਹੈ ਕਿਤੇ ਵੀ ਦੁਨੀਆ 'ਚ ਹੋਵੇ ਕਿ ਹਰ ਧਰਮ ਹਰ ਵਰਗ ਜਿਹਨੂੰ ਅੰਨ ਦੀ ਲੋੜ ਹੈ ਉਹਦਾ ਨਹੀਂ ਸਰਦਾ ਉਹ ਇਹਨਾਂ ਦੀ ਸੁੱਖ ਮਨਾਵੇ ਤੇ ਇਹਨਾਂ ਦੇ ਨਾਲ ਖੜੇ ਤਾਂ ਕਿ ਆਪਾਂ ਸੁੱਤੀਆ ਸਰਕਾਰਾਂ ਨੂੰ ਜਗਾ ਕੇ ਆਪਣੇ ਹੱਕ ਲੈ ਸਕੀਏ ਆ ਮੇਰੀ ਬੇਨਤੀ ਐਸਨ ਸਾਡੇ ਨਾਲ ਪਰਮਜੀਤ ਸਿੰਘ ਸੋਹਲੀ ਅਕਾਲੀ ਦਲ ਸੁਤੰਤਰਤਾ ਦੇ ਕੌਮੀ ਪ੍ਰਧਾਨ ਹੈਲੋ एवरीवन ਮੈਂ ਪਰਵੀਂਦਰ ਕੋੜ ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਦੇ ਐਡਮਿਸ਼ਨ ਸੈਲ ਤੋਂ ਤੁਹਾਨੂੰ ਗੁਰੂਕੁਲ ਵਿੱਚ ਕਰਵਾਏ ਜਾਂਦੇ ਪੈਰਾਮੈਡੀਕਲ ਕੋਰਸਸ ਬਾਰੇ ਜਾਣੂ ਕਰਵਾਵਾਂਗੀ ਜਿਨ੍ਹਾਂ ਵਿੱਚੋਂ ਮੁੱਖ ਕੋਰਸ ਲੈਬੋਰੀ ਟਰੀ ਐਕਸ-ਰੇ ਓਟੀ ਪੇਸ਼ੈਂਟ ਕੇਅਰ कार्डियक डायलिसिस हॉस्पिटल मैनेजमेंट ओफ्थल्मिक इस ਤੋਂ ਇਲਾਵਾ ਡਿਪਲੋਮਾ ਇਨ ਫਿਜ਼ੀਓਥੈਰੇਪੀ ਡਿਊਰੇਸ਼ਨ 2 ইয়ার্স एलिजिਬਿਲਟੀ 10th ਐਂਡ +2 ਅਤੇ ਪ੍ਰੈਕটিশਨਰਸ ਦੇ ਲਈ CMSED ਕੋਰਸ ਜੋ ਕਿ WHO ਤੋਂ ਮਾਨਤਾ ਪ੍ਰਾਪਤ ਹੈ ਜਿਸ ਦੀ ਡਿਊਰੇਸ਼ਨ 18 ਮਨთ ਹੈ ਇਸ ਨੂੰ ਕਰਨ ਦੀ एलिजिਬਿਲਟੀ ਮੈਕਸਿਮਮ 10th ਪਾਸ ਹੈ ਇਸ ਦੇ ਨਾਲ ਹੀ ਨੈਨੀ ਕੇਅਰ ਕੋਰਸ ਜੋ ਕਿ 6 ਮਨთ ਦਾ ਹੈ ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਚਾਈਲਡ ਕੇਅਰ, ਡਿਸੇਬਲਡ ਕੇਅਰ, ਮੈਟਰਨਲ ਕੇਅਰ, 올ਡ ਏਜ ਕੇਅਰ ਦੇ ਸਰਟੀਫਿਕੇਟ ਪ੍ਰਾਪਤ ਕਰਦੇ ਹੋ ਜਿਸ ਦੇ ਤਹਿਤ ਤੁਸੀਂ ਵਿਦੇਸ਼ਾਂ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ ਐਡਮਿਸ਼ਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਹੈਂਟਲੀ ਕੇ ਪਤੇ ਤੇ ਸੰਪਰਕ ਕਰੋ ਧੰਨਵਾਦ ਸਟੈਲ ਨਿਊਜ਼